ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੀ ਲੰਬੀ ਰੈਲੀ ਤੇ ਤੰਜ ਕਸੇ ਨੇ। ਉਹਨਾਂ ਕਿਹਾ ਕਿ ਕਾਂਗਰਸ ਦੀ ਰੈਲੀ ਵਿੱਚ ਕੈਪਟਨ ਸਾਹਿਬ ਦੀ ਆਸ ਮੁਤਾਬਿਕ ਇਕੱਠ ਨਹੀਂ ਹੋਇਆ। ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਇਸ ਬਾਰੇ ਸੋਚਣਾ ਚਾਹੀਦਾ, ਲੱਗਦਾ ਹੈ ਹੱਥ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਪਿੱਛੇ ਉਹਨਾਂ ਦੇ ਮੁੱਖ ਮੰਤਰੀ ਬਣਨ ਦੀ ਚਾਹਨਾ ਜ਼ਿੰਮੇਵਾਰ ਹੈ। ਚੀਮਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਹੈ। ਦੇਖੋ, ਰੈਲੀ ਦੇ ਵਿੱਚ, ਕਾਂਗਰਸ ਦੀ ਰੈਲੀ ਦੇ ਵਿੱਚ ਕੌਣ ਆਇਆ ਕੌਣ ਨਹੀਂ ਆਇਆ, ਇਹ ਤਾਂ ਕੋਈ ਸਾਡਾ ਏਜੰਡਾ ਨਹੀਂ ਹੈ। ਇਹ ਤਾਂ ਉਹਨਾਂ ਨੇ ਦੇਖਣਾ ਕਿਹੜਾ ਆਇਆ ਕਿਹੜਾ ਨਹੀਂ ਆਇਆ। ਪਰ ਜਿਹੜੀ ਵੱਡੀ ਗੱਲ ਹੈ ਕਿ ਲੋਕ ਉਹਨਾਂ ਦੀ ਰੈਲੀ ਦੇ ਵਿੱਚ ਜਿਵੇਂ ਉਹਨਾਂ ਨੇ ਉਮੀਦ ਕੀਤੀ ਸੀ, ਉਸ ਤਰ੍ਹਾਂ ਲੋਕ ਕਾਂਗਰਸ ਦੀ ਰੈਲੀ ਦੇ ਵਿੱਚ ਨਹੀਂ ਆਏ। ਕਿਉਂ ਨਹੀਂ ਆਏ, ਕਿਉਂ ਲੋਕਾਂ ਨੂੰ ਪੁਲਿਸ ਨੂੰ ਫੜ ਕੇ ਬਾਹਾਂ ਫੜ ਕੇ ਅੰਦਰ ਟੈਂਟ ਦੇ ਬੰਦ ਕਰਨਾ ਪਿਆ, ਵੀ ਬਾਹਰ ਨਹੀਂ ਨਿਕਲਣਾ, ਬਾਥਰੂਮ ਨਹੀਂ ਜਾਣਾ? ਇਹਦੇ ਵਾਸਤੇ ਕਾਂਗਰਸ ਨੂੰ ਆਪਣੀ ਜਿਹੜੀ ਹੈ ਉਹ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰਨਾ ਚਾਹੀਦਾ ਜਾਖੜ ਸਾਹਿਬ ਨੂੰ, ਕਿ ਐਡੇ ਵੱਡੇ ਐਲਾਨ ਕੀਤੇ ਸੀ, ਦੂਜੀਆਂ ਪਾਰਟੀਆਂ ਦੀਆਂ ਸਾਡੀਆਂ ਬੱਸਾਂ ਵੀ ਰੋਕੜੀਆਂ ਸੀ, ਹਰ ਤਰ੍ਹਾਂ ਦਾ ਢੰਗ ਤਰੀਕਾ ਵੀ ਵਰਤਿਆ ਸੀ, ਅਤੇ ਉਹਨਾਂ ਨੇ ਆਪਣਿਆਂ ਨੂੰ ਹਰ ਚੀਜ਼ ਦਿੱਤੀ ਵੀ ਸੀ, ਅਤੇ ਉਹਦੇ ਬਾਵਜੂਦ ਵੀ ਕਾਂਗਰਸ ਦੀ ਰੈਲੀ ਦੇ ਵਿੱਚ ਬੰਦੇ ਕਿਉਂ ਨਹੀਂ ਆਏ, ਇਹ ਜ਼ਰੂਰ ਇੱਕ ਵੱਡਾ ਕੁਐਸਚਨ। ਬਾਕੀ ਲੀਡਰ ਕਿਹੜਾ ਨਹੀਂ ਆਇਆ ਕਿਉਂ ਨਹੀਂ ਆਇਆ, ਉਹਦੇ ਨਾਲ ਸਾਡਾ ਕੰਸਰਨ ਨਹੀਂ ਹੈ। ਉਹ ਤਾਂ ਜਦੋਂ ਪਬਲਿਕਲੀ ਸਟੇਟਮੈਂਟ ਹੀ ਆ ਗਈਆਂ, ਅਤੇ ਇਸ ਕਰਕੇ ਇੱਕ ਥਾਂ 'ਤੇ ਦੋ ਚੀਫ ਮਿਨਿਸਟਰ ਤਾਂ ਬੈਠ ਨਹੀਂ ਸਕਦੇ, ਕਿਉਂਕਿ ਨਵਜੋਤ ਕੌਰ ਸਿੱਧੂ ਜੀ ਨੇ ਕਿਹਾ ਹੀ ਸੀ ਵੀ ਥੋੜ੍ਹਾ ਟਾਈਮ ਰਹਿ ਗਿਆ, ਰੱਬ ਮਿਹਰ ਕਰੂਗਾ। ਇਸ ਕਰਕੇ ਉਹ ਤਾਂ ਆਪੋ ਆਪਣੇ ਸਟੇਟਸ ਦੇ ਹਿਸਾਬ ਨਾਲ ਵੀ ਇੱਕ ਦੂਜੇ ਦੇ ਥੱਲੇ ਜਾਂਦੇ ਕਿ ਨਹੀਂ ਜਾਂਦੇ, ਇਹ ਉਹਨਾਂ ਦਾ ਕੰਮ ਹੈ, ਸਾਡਾ ਕੰਮ ਨਹੀਂ। ਪਰ ਪਬਲਿਕ ਕਿਉਂ ਨਹੀਂ ਆਈ, ਇਹਦੇ ਵਾਸਤੇ ਕਾਂਗਰਸ ਨੂੰ ਪੀੜ੍ਹੀ ਥੱਲੇ ਸੋਟਾ। ਦੇਖੋ, ਕਾਂਗਰਸ ਪਾਰਟੀ ਨੇ ਆਪਣਾ ਪੁਰਾਣਾ ਏਜੰਡਾ ਜਿਹੜਾ ਉਸੇ ਨੂੰ ਫਿਰ ਦੁਹਰਾਇਆ ਵੀ ਸਿੱਖਾਂ ਦੇ ਜਿਹੜੇ ਧਾਰਮਿਕ ਕੰਮ ਹੈ ਉਹਦੇ 'ਚ ਦਖਲਅੰਦਾਜ਼ੀ ਜਿਹੜੀ ਹੈ ਖੁੱਲ੍ਹ ਕੇ ਕੀਤੀ ਜਾਊ। 1956 ਦੇ ਵਿੱਚ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ, ਜਦੋਂ ਫੈਸਲਾ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਾਂਗਰਸ ਪਾਰਟੀ ਨਹੀਂ ਕਰੂ। ਪਰ ਉਦੋਂ ਬਾਅਦ ਲਿਖਤੀ ਸਮਝੌਤੇ ਤੋਂ ਬਾਅਦ ਵੀ ਲਗਾਤਾਰ ਜਿਹੜੀ ਹੈ ਕਾਂਗਰਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਿੱਖ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਕੇ ਸਿਧਾਂਤਕ ਤੌਰ ਦੇ ਉੱਤੇ ਸਿੱਖ ਕੌਮ ਨੂੰ ਸੱਟ ਮਾਰੀ ਜਾਵੇ।